ਕਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਨਾਲ ਨਾਲ ਜਾਣਕਾਰੀ ਵੀ ਦੇਵਾਂਗੇ ਕਿ ਕਿਸਾਨਾਂ ਦੇ ਜਿੰਨੇ ਵੀ ਸਾਧਨ ਹਰਿਆਣਾ ਪੁਲਿਸ ਦੀ ਬੈਰੀਕੇਡਿੰਗ ਦੇ ਕੋਲ ਖੜੇ ਸੀ ਉਹਨਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਮਹਿੰਗੇ ਮਹਿੰਗੇ ਕਿਸਾਨਾਂ ਦੇ ਟਰੈਕਟਰ ਕਿਸਾਨਾਂ ਦੀਆਂ ਗੱਡੀਆਂ ਜਿਹੜੀਆਂ ਹੈਗੀਆਂ ਸੀ ਬੁਰੇ ਤਰੀਕੇ ਦੇ ਨਾਲ ਤੋੜੀਆਂ ਗਈਆਂ ਨੇ ਜਿੰਨੇ ਵੀ ਟਾਇਰ ਸੀ ਪੰਚਰ ਕਰ ਦਿੱਤੇ ਗਏ ਨੇ ਤੇ ਸ਼ੀਸ਼ੇ ਤੇ ਹਰ ਇੱਕ ਬਾਡੀ ਜਿਹੜੀ ਹੈਗੇ ਨੇ ਜਿੰਨੇ ਵੀ ਕਿਸਾਨਾਂ ਦੇ ਸਾਧਨ ਸੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਤਾਂ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ 21 ਤਰੀਕ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੀ ਇਹ ਕਾਰਵਾਈ ਆ ਕੀਤੀ ਗਈ ਆ ਜਦੋਂ ਕਿਸਾਨਾਂ ਦੇ ਵੱਲੋਂ ਹਰਿਆਣਾ ਪੁਲਿਸ ਦੇ ਨਾਲ ਜਿਹੜਾ ਹੈਗਾ ਟਕਰਾਅ ਹੋਇਆ ਸੀ ਤਾਂ ਉਸ ਵਕਤ ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਜਿੰਨੇ ਸਾਡੇ ਟਰੈਕਟਰ ਸੀ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਡ ਪਾਰ ਕਰਕੇ ਇਸ ਪਾਸੇ ਆ ਕੇ ਸਾਡੇ ਮਹਿੰਗੇ ਮਹਿੰਗੇ ਟਰੈਕਟਰ ਸਾਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਦਾ ਜਿਹੜੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਟਾਇਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਟਾਇਰ ਹੈਗੇ ਨੇ ਉਹਨਾਂ ਦੀ ਜਿਹੜੀ ਬਿਲਕੁਲ ਹਵਾ ਨਿਕਲੀ ਪਈ ਆ ਮਹਿੰਗੇ ਮਹਿੰਗੇ ਟਾਇਰ ਜਿਹੜੇ ਹੈਗੇ ਨੇ ਪਾਟੇ ਪਏ ਨੇ ਤੇ ਸਾਧਨਾਂ ਦੀਆਂ ਜਿਹੜੀਆਂ ਬਾਡੀਆਂ ਨੇ ਕਿਤਨਾ ਕਿਤੇ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਚਾਹੇ ਕਿਸਾਨਾਂ ਦੇ ਟਰੈਕਟਰ ਹੋਣ ਚਾਹੇ ਕਿਸਾਨਾਂ ਦੀਆਂ ਗੱਡੀਆਂ ਹੋਣ ਚਾਹੇ ਕਿਸਾਨਾਂ ਦਾ ਹਰ ਇੱਕ ਸਾਧਨ ਜਿਹੜਾ ਇਸ ਜਗ੍ਹਾ ਦੇ ਉੱਪਰ ਖੜਾ ਸੀ ਤਕਰੀਬਨ 20 ਤੋਂ ਲੈ ਕੇ 25 ਟਰੈਕਟਰ ਜਿਹੜੇ ਹੈਗੇ ਨੇ ਗੱਡੀਆਂ ਹੈਗੀਆਂ ਨੇ ਬੁਰੇ ਤਰੀਕੇ ਨਾਲ ਨੁਕਸਾਨੀਆਂ ਗਈਆਂ ਨੇ ਕਿਸਾਨਾਂ ਦੇ ਤੁਸੀਂ ਇਹ ਪਾਣੀ ਵਾਲੀ ਟੰਕੀ ਦੇਖ ਲਓ ਚਾਹੇ ਤੁਹਾਨੂੰ ਇਧਰ ਇੱਕ ਕੂਲਰ ਦੀ ਤਸਵੀਰ ਦਿਖਾਵਾਂਗੇ ਤਾਂ ਹਰ ਇੱਕ ਜਿਹੜਾ ਨੁਕਸਾਨ ਹੈਗਾ ਉਹ ਇਸ ਬਾਰਡਰ ਦੇ ਉੱਪਰ ਇਸ ਬੈਰੀਗੇਟਿੰਗ ਦੇ ਕੋਲੇ ਹੋਇਆ ਕਿਸਾਨਾਂ ਦੇ ਵੱਲੋਂ ਸਾਫ਼ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਨੁਕਸਾਨ ਹਰਿਆਣਾ ਪੁਲਿਸ ਦੇ ਵੱਲੋਂ ਇਸ ਪਾਸੇ ਆ ਕੇ ਕੀਤਾ ਗਿਆ ਗੱਲਬਾਤ ਵੀ ਕਰ ਲੰਨੇ ਜਿਹੜੇ ਭਰਾਵਾਂ ਦੇ ਸਾਧਨ ਹੈਗੇ ਨੇ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਜੀ ਭਾਰਤੀ ਕਿਸਾਨੀ ਯੂਨੀਅਨ ਦਾ ਸਿੱਧੂਪੁਰ ਪਿੰਡ ਕੇਂਗਲ ਸਕਾਰ ਜੀ ਕਿਵੇਂ ਦੇਖਦੇ ਹੋ ਨੁਕਸਾਨ ਹੋਇਆ ਜਾ ਪਰਿਆ ਸੀ ਤਸਵੀਰਾਂ ਦਿਖਾ ਰਿਹਾ 20 25 ਸਾਧਨਾ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਇਹ ਕਿਵੇਂ ਨੁਕਸਾਨ ਹੋਇਆ ਕਿਹਦੇ ਵੱਲੋਂ ਕੀਤਾ ਗਿਆ ਇਹ ਬਹੁਤ ਜ਼ਿਆਦਾ ਨੁਕਸਾਨ ਕਰਿਆ ਜੀ ਨੁਕਸਾਨ ਕਰਿਆ ਹਰਿਆਣਾ ਪ੍ਰਸ਼ਾਸਨ ਨੇ ਜੀ ਤੇ ਉਹਨਾਂ ਦੇ ਪਾਲੇ ਹੋਏ ਗੁੰਡਿਆਂ ਨੇ ਜੀ ਸਾਡੀ ਉਥੇ ਸਟੇ ਚੱਲ ਰਹੀ ਹੈ ਜਥੇਬੰਦੀ ਦੀ ਤੌਰ ਤੇ ਸਾਰੀ ਜਥੇਬੰਦੀ ਸਾਂਝੀ ਸਟੇ ਚੱਲ ਰਹੀ ਸੀਗੀ ਉਹ ਗੱਡੀ ਦੇ ਉੱਪਰ ਉੱਥੇ ਬੈਠ ਕੇ ਸ਼ਾਂਤਮਈ ਬੈਠੇ ਸੀਗੇ ਜੀ ਇਹਨਾਂ ਨੇ ਪਹਿਲਾਂ ਉੱਥੇ ਆ ਕੇ ਗੋਲੀਬਾਰੀ ਕੀਤੀ ਅਥਰੂ ਗਾਂ ਦੇ ਕੋਲ ਜਿਵੇਂ ਜਿਵੇਂ ਕਿਸਾਨ ਪਿੱਛੇ ਨੂੰ ਹਟਦੇ ਗਏ ਇਹਨਾਂ ਨੇ ਇਧਰ ਜਿੱਦ ਗੋਲੀਬਾਰੀ ਕਰਦੇ ਕਿਸਾਨ ਪਿੱਛੇ ਨੂੰ ਹਟਦੇ ਇਹਨਾਂ ਨੇ ਵਿੱਚੋਂ ਗੁੰਡਿਆਂ ਨੇ ਆ ਕੇ ਦਵਾ ਦਵਾ ਜਲਦੀ ਜਲਦੀ ਸਾਡੇ ਸਾਰੇ ਤੇ ਹਮਲਾ ਕਰਤਾ ਜੀ ਸਾਡੇ ਗੱਡੀਆਂ ਦੇ ਪੰਨੇ ਤੋੜ ਕਰੀ ਜਿਹੜੇ ਜਿਨ੍ਹਾਂ ਨੇ ਤਾਂ ਪੰਨੇ ਤੋੜ ਕਰਨੀ ਸੀ ਉਹਨਾਂ ਨੇ ਪੰਨੇ ਤੋੜ ਕਰੀ ਕਿਸੇ ਕੋਲੇ ਸੂਏ ਕਿਸੇ ਕੋਲ ਸਾਡਾ ਰਾਸ਼ਨ ਖਲਾਰ ਕੇ ਅਖੰਡ ਖਲਾਰ ਕੇ ਸਾਡਾ ਸਾਰਾ ਕੰਚ ਸੀ ਜਿਹੜਾ 13 ਵਾਲੀਆਂ ਟੈਂਕਾਂ ਦੇ ਵਿੱਚ ਪਾ ਕੇ ਤੇਲ ਦੇ ਡੋਲ ਲੈ ਸਾਰਾ ਤੇਲ ਦੇ ਪਾਈਪਾਂ ਬਾਣ ਗਿਆ ਵੀ ਡ੍ਰੈਡ ਸਟਾਰਟ ਨਾ ਕਰ ਸਕਣ ਤੇ ਇੰਨਾ ਜਿਆਦਾ ਨੁਕਸਾਨ ਕਰਿਆ ਵਿੱਚ ਬੰਦੇ ਵੀ ਇਹ ਜਿਹੜੇ ਸੀਗੇ ਇੱਕ ਦੋ ਉਹਨਾਂ ਨੂੰ ਚੱਕ ਕੇ ਕੱਟ-ਕੱਟ ਕੇ ਇੱਕ ਦੋ ਬੰਦੇ ਲੈ ਕੇ ਵੀ ਗਏ ਨਵੇਂ گاਉਂ ਦਾ ਬੰਦਾ ਸੀਗਾ ਇੱਕ ਉਹਨੂੰ ਬੁਰੀ ਚਪਾ ਕੇ ਛੱਕ ਕੇ ਵੀ ਲੈ ਕੇ ਗਏ ਅੰਦਰ ਹੀ ਬਿਲਕੁਲ ਤੁਹਾਡੇ ਕੀ ਨਾਮ ਆ ਭਾਈ ਜੀ ਗੁਰਚਰਨ ਸਿੰਘ ਜੀ ਕਿਵੇਂ ਦੇ ਦوں ਗੁਰਚਰਨ ਜੀ ਜੋ ਇਹ ਹਾਸਾ ਹੋਇਆ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਇਹ ਤੁਸੀਂ ਦੇਖਿਆ ਕੀ ਹਾਂ ਨੁਕਸਾਨ ਕੀਤਾ ਗਿਆ ਹਾਂ ਜੀ ਆ ਕੀਤਾ ਹੈ ਆ ਕੇ ਗੁੰਡਿਆਂ ਨਾਲਾ ਪੁਲਿਸ ਆਈ ਹੈ ਜੀ ਹਰਿਆਣੇ ਦੀ ਇਹਨਾਂ ਨੇ ਆ ਕੇ ਕੁੱਟਮਾਰ ਕਰੀਆ ਸੂਏ ਮਾਰਣ ਟ੍ਰੈਕਟ ਭੰਨੇ ਸਾਡੇ ਆ ਕੇ ਇਹਨਾਂ ਨੇ ਕਾਰਨ ਕੀ ਦੇਖਦੇ ਹਾਂ ਕਿਉਂਕਿ ਗੱਲ ਕਰੀਏ ਪ੍ਰਦਰਸ਼ਨ 13 ਤਰੀਕ ਤੋਂ ਚੱਲ ਰਿਹਾ ਇਹ ਕਾਰਨ ਕਿਉਂ ਕਿ ਹੁਣ ਇਦਾਂ ਦਾ ਜਿਹੜਾ ਨੁਕਸਾਨ ਆ ਕਿਸਾਨਾਂ ਦਾ ਕੀਤਾ ਗਿਆ ਕਿਸਾਨ ਤਾਂ ਸ਼ਾਂਤਮਈ ਬੈਠੇ ਸੀ ਜੀ ਕੀ ਇਹਨਾਂ ਨੇ ਖਬਰਾਂ ਕੀ ਸੋਚਦੀ ਇਹਨਾਂ ਦੀ ਵੀ ਇਹਨਾਂ ਨੂੰ ਕੁੱਟਮਾਰ ਕਰੀਏ ਜਾ ਕੇ ਸਾਡੇ ਮੁੰਡਾ ਮਰਿਆ ਵੀ ਸਾਡਾ ਨੌਜਵਾਨ ਬਾਕੀ ਚੱਕੇ ਵੀ ਲਗਾਏ ਨੇ ਇਹਨਾਂ ਨੇ ਕੁੱਟੇ ਨੇ ਇੱਕ ਹੋਰ ਤਸਵੀਰ ਮੈਂ ਦਿਖਾਉਂਗਾ ਕਿ ਸਾਰੇ ਜਿਹੜੇ ਕਿਸਾਨ ਹੈਗੇ ਨੇ ਆਪਣੇ ਮੱਥਿਆਂ ਦੇ ਉੱਪਰ ਇਹਨਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਨੇ ਲਗਾਤਾਰ ਜਿਹੜਾ ਹੈਗਾ ਸ਼ੁਭ ਕਰਨ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਦੇਖਦੇ ਹੋ ਹਾਲਾਤ ਕਿਵੇਂ ਬਣੇ ਹੋਏ ਨੇ ਤੁਹਾਡੇ ਜਿਹੜੇ ਜ਼ਿਆਦਾਤਰ ਸਾਧਨ ਨੇ ਵੱਡੇ ਪੱਧਰ ਤੇ ਪਰ ਨੁਕਸਾਨੇ ਗਏ ਨੇ ਵੀਰ ਜੀ ਅਸੀਂ ਆਪਦੇ ਜਾਵਦੇ ਦੇ ਵਿੱਚ ਬੈਠੇ ਸੀ ਸਾਰੇ ਕਿਸਾਨ ਆ ਪਰ ਫਿਰ ਵੀ ਖੱਟੜ ਸਰਕਾਰ ਨੇ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਹੈ ਵੀ ਸਾਡੇ ਸਾਡੇ ਕੋਲ ਸਾਧਨ ਤਾਂ ਕੋਈ ਨਹੀਂ ਜਾਂ ਝੰਡਾ ਤਾਂ ਜਾਂ ਡੰਡਾ ਸਾਡੇ ਕੋਲੇ ਹੀ ਹੈ ਪਰ ਇਹ ਸਰਕਾਰ ਨੇ ਸੂਬੇ ਲੈ ਕੇ ਨੇਜੇ ਲੈ ਕੇ ਗੋਲੀਆਂ ਸਾਡੇ ਤੇ ਵਰਸਾਈਆਂ ਸਾਡਾ ਇੱਕ ਸਿੰਘ ਸ਼ਹੀਦ ਵੀ ਹੋ ਗਿਆ ਪਰ ਫਿਰ ਵੀ ਅਸੀਂ ਪ੍ਰਮਾਤਮਾ ਦੇ ਹੁਕਮ ਨਾਲ ਜਾਬਤੇ 'ਚ ਬੈਠੇ ਆਂ ਤੇ ਦਾਤੇ ਦੇ ਤੇ ਵਿਸ਼ਵਾਸ ਕਰਦੇ ਆਂ ਵੀ ਸਾਨੂੰ ਅੱਗੇ ਰਸਤਾ ਮਿਲ ਜੇ ਅਸੀਂ ਆਪਦੇ ਮੰਗਾ ਪੂਰੀਆਂ ਕਰਾ ਸਕੀਏ ਜਾ ਕੇ ਕट्टर ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਮੈ ਸਾਨੂੰ ਰਸਤਾ ਦੇ ਦੇ ਜਾਣ ਵਾਸਤੇ ਪਰ ਇੱਕ ਹੋਰ ਵੀ ਹਰਿਆਣਾ ਪੁਲਿਸ ਦੇ ਵੱਲ ਇਲਜ਼ਾਮ ਲੱਗੇ ਨੇ ਕਿ ਕਿਸਾਨਾਂ ਨੇ ਵੀ ਭਰਾਲੀ ਦਾ ਧੂਆਂ ਸਾਡੇ ਦੇ ਉੱਪਰ ਪਾਇਆ ਮਿਰਚਾਂ ਪਾਈਆਂ ਨੇ ਕਿਤੇ ਨਾ ਕਿਤੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹ ਤੋਂ ਬਾਅਦ ਕਾਰਵਾਈ ਹੋਈ ਹੈ ਕਿਸ ਤਰੀਕੇ ਨਾਲ ਇਹ ਵੀਰ ਜੀ ਅਸੀਂ ਤੇ ਇਹ ਸੋਚਦੇ ਆਂ ਵੀ ਹੋ ਸਕਦਾ ਵੀ ਜਿਹੜਾ ਧੂਆਂ ਕਿਸਾਨਾਂ ਨਾਲ ਤਾਂ ਇਹਨਾਂ ਨੇ ਚਲੋ ਬੱਚਿਆਂ ਨਾਲ ਕੋਈ ਵਿੱਚ ਕੁਝ ਇਹਨਾਂ ਦੇ ਵਿਚਾਰਤ ਅੰਸਰ ਹੋ ਸਕਦੇ ਨੇ ਜਿਹੜੇ ਮਤਲਬ ਹਰਿਆਣਾ ਸਰਕਾਰ ਦੇ ਆ ਕੇ ਜਿਹੜੇ ਇਧਰ ਬੜੇ ਸੀ ਹੋ ਸਕਦਾ ਉਹਨਾਂ ਨੇ ਕੀਤਾ ਹੋਵੇ ਪਰ ਕਿਸਾਨਾਂ ਵੱਲੋਂ ਇਹੋ ਜੀ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਫਿਰ ਉਹ ਨੁਕਸਾਨ ਕਿਵੇਂ ਦੇਖਦੇ ਹੋ? ਮਹਿੰਗੇ ਮਹਿੰਗੇ ਟਰੈਕਟਰ ਵਿੱਚ ਤਾਂ ਬੈਠੀਏ ਤਾਂ ਕਾਫੀ ਮਹਿੰਗੇ ਮਹਿੰਗੇ ਟਰੈਕਟਰ ਜਿਹੜੇ ਬਹੁਤ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਟਰੈਕਟਰਾਂ ਦੇ ਟਾਇਰ ਵੀ ਬਹੁਤ ਮਹਿੰਗੇ ਹੁੰਦੇ ਨੇ ਪਰ ਬਾਡੀਆਂ ਹਰ ਇੱਕ ਚੀਜ਼ ਜਿਹੜੀ ਹੈਗੀ ਆ ਇੱਕਦਮ ਕੰਨਮ ਕਰੀ ਪਈ ਆ। ਹਾਂਜੀ ਇਹ ਤਾਂ ਅਸੀਂ ਪਹਿਲਾਂ ਕਿੰਨੇ ਸਾਡੇ ਟਰੈਕਟਰ ਵੇਖੋ ਜੀ ਤਕਰੀਬਨ ਇਹ ਸਾਰੇ ਨਵੇਂ ਜਿੰਨੇ ਵੀ ਨਵੇਂ ਟਰੈਕਟਰ ਸੀ ਵੈਸੇ ਆ ਕੇ ਸਾਰਿਆਂ ਨੇ ਚਾਰ ਨਾਲ ਅੱਗੇ ਲਾਇਆ ਸੀ ਵੀ ਅਸੀਂ ਆਪਣੀਆਂ ਹੱਕੇ ਮੰਗਾ ਲੈਣ ਚੱਲੇ ਆ। ਪਰ ਇਹ ਸਰਕਾਰ ਨੇ ਖੱਟੜ ਸਰਕਾਰ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਜੀ ਸਾਡੇ ਨਵੇਂ-ਨਵੇਂ ਟਰੈਕਟਰ ਭੰਨ ਦਿੱਤੇ ਜੀ ਟਾਇਰ ਸਾਰੇ ਪਾੜ ਦਿੱਤੇ ਨੇ ਨੇਜੇ ਮਾਰ-ਮਾਰ ਕੇ ਜੀ ਪਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੀ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਤੇ ਸਾਡਾ ਜੋ ਹਰਜਾਨਾ ਨੁਕਸਾਨ ਹੋਇਆ ਸਾਡਾ ਇਹ ਪੂਰਤੀ ਕੀਤੀ ਜਾਵੇ ਤੇ ਇੱਕ ਸਿੰਘ ਸੇੜਾ ਸਾਡਾ ਸ਼ਹੀਦ ਹੋਇਆ ਜੀ ਉਹਦੇ ਵਾਸਤੇ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਵੱਦ ਤੋਂ ਵੱਧ ਇੱਕ ਦਾ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਇੱਕ ਉਹਦੀ ਪੂਰਤੀ ਵਾਸਤੇ ਜਿਵੇਂ ਸਾਡੇ ਜਥੇਬੰਦੀਆਂ ਕਹਿਣਗੇ ਉਸ ਤਰ੍ਹਾਂ ਉਹ ਸਾਡੀ ਮੰਗ ਮੰਨੀ ਜਾਵੇ ਬੜਾ ਨੁਕਸਾਨ ਹੋਇਆ ਤੁਹਾਡੇ ਆਗੂਆਂ ਨਾਲ ਤੁਹਾਡੇ ਜਿਹੜੇ ਹੈਗੇ ਨੇ ਆਪਣੀ ਆਪਣੀ ਯੂਨੀਅਨ ਦੀ ਆਗੂ ਨੂੰ ਪ੍ਰਧਾਨਾ ਨੂੰ ਉਹਨਾਂ ਨੂੰ ਲਾਈ ਨੇ ਸਨੇਹ ਦਿਖਾਈਆਂ ਨੇ ਫੋਟੋ ਆਕੀ ਕਿਹਾ ਉਹਨਾਂ ਨੇ ਹਾਂਜੀ ਉਹਨਾਂ ਦੇ ਧਿਆਨ ਵਿੱਚ ਆਈ ਹੌਸਲਾ ਦਿੱਤਾ ਕੋਈ ਗੱਲ ਨਹੀਂ ਅਸੀਂ ਜਥੇਬੰਦੀ ਦੇ ਤੌਰ ਤੇ ਸਾਰੇ ਤੁਹਾਡੇ ਨਾਲ ਹੈ ਸਾਡੇ ਪਿੰਡ ਲੈਵਲ ਤੋਂ ਵੀ ਸਾਡੇ ਬੰਦੇ ਸਾਡੇ ਸਾਰਿਆਂ ਨੇ ਹੌਸਲਾ ਦਿੱਤਾ ਸਾਨੂੰ ਫੋਨ ਕਰ ਕਰਕੇ ਆਏ ਵੀ ਅਸੀਂ ਸਾਰੇ ਤੁਹਾਡੇ ਨਾਲ ਹੈ ਬਾਕੀ ਜਿਹੜੀ ਗੱਲ ਵੀਰ ਜੀ ਤੁਸੀਂ ਅੱਗ ਵਾਲੀ ਕਰਦੇ ਹੋ ਸਾਡਾ ਉਹ ਤਾਰ ਲੱਗੀ ਆ ਜੀ ਅਸੀਂ ਉਦੋਂ ਅੱਗੇ ਅਸੀਂ ਉਸ ਦਿਨ ਵੀ ਨਹੀਂ ਜਾ ਸਕਦੇ ਸੀ ਅੱਗੇ ਇਹਨਾਂ ਦੇ ਆਪ ਦੇ ਬੰਦੇ ਨੇ ਲਾਈ ਜਾਈ ਕੀ ਉਹਨਾਂ ਨੇ ਆਪ ਹੀ ਅੱਗ ਲਾ ਕੇ ਆਪ ਹੀ ਭੜਕਾਦਾ ਵੀ ਕਿਸਾਨ ਨੇ ਅਗਲੇ ਅਸੀਂ ਅੱਜ ਵੀ ਨਹੀਂ ਜਾ ਸਕਦੇ ਤੇ 13 ਤਰੀਕ ਦੇ ਅਸੀਂ ਇੱਥੇ ਆਏ ਆ ਉਦਦੇ ਦਿਨ ਅਸੀਂ ਉੱਥੇ ਅੱਗੇ ਜਾਵੜੇ ਜੀ ਉਹਨਾਂ ਦੇ ਆਪ ਦੇ ਬੰਦੇ ਨੇ ਅੱਗ ਲਾਈ ਸੀਗੀ ਆਪ ਹੀ ਉਹਨਾਂ ਨੇ ਅੱਗ ਲਾ ਕੇ ਆਪ ਹੀ ਉਹਨਾਂ ਨੇ ਫਾਇਰਿੰਗ ਕਰਕੇ ਸਾਨੂੰ ਇੱਧਰ ਵੀ ਇਹ ਪੜਕ ਜਾਣ ਕਿਸੇ ਤਰ੍ਹਾਂ ਦੇ ਕਿਸਾਨ ਭੜਕਣ ਦੇ ਟਰੈਕ ਅੱਗੇ ਲੈ ਕੇ ਆਉਣ ਵੀ ਸਾਨੂੰ ਦਿਖਾਉਣਾ ਸਬਖਾ ਹੋ ਜੀ ਔਰ ਇਹੋ ਜਿਹਾ ਕੁਝ ਹੈ ਨਹੀਂ ਸੀਗਾ ਜੀ ਕੁਝ ਵੀ ਅਸੀਂ ਸ਼ਾਂਤਬਾਈ ਬੈਠੇ ਆ ਜੀ ਬਾਕੀ ਸਾਡੇ ਆਗੂ ਨੇ ਵੀ ਕਿਹਾ ਸਾਨੂੰ ਸ਼ਾਂਤਬਾਈ ਬੈਠ ਨੂੰ ਅੱਜ ਵੀ ਅਸੀਂ ਸ਼ਾਂਤਬਾਈ ਬੈਠੇ ਆ ਹੁਣ ਤੱਕ ਨਾ ਅਸੀਂ ਪੜਕੇ ਹੁਣ ਨਾ ਕੋਈ ਨੁਕਸਾਨ ਕਰਤਾ ਹੋਰ ਇਹਨਾਂ ਨੇ ਆਪ ਹੀ ਨੁਕਸਾਨ ਕਰਕੇ ਆਪ ਹੀ ਇਹਨਾਂ ਨੇ ਗੋਲੀਬਾਰੀ ਚਲਾ ਕੇ ਸਾਨੂੰ ਪਿੱਛੇ ਖਦੇੜ ਕੇ ਸਾਡੇ ਜਿਹੜੇ ਦਸੀ ਸਾਡੇ ਟਰੈਕਟਰ ਸੀ ਗੱਡੀਆਂ ਸੀ ਸਾਡੇ ਐਨੇ ਮਹਿੰਗੇ ਮਹਿੰਗੇ ਉਹਨਾਂ ਨੂੰ ਭੰਨ ਤੋੜ ਕਰੀ ਆ ਅਸੀਂ ਸਾਰੇ ਪੰਜ ਪੰਜ ਚਾਰ ਚਾਰ ਕਿੱਲਾਂ ਦੇ ਮਾਲਕ ਹਾਂਗੇ ਸਾਰੇ ਗਰੀਬ ਪਰਿਵਾਰਾਂ ਤੋਂ ਆਏ ਆ ਇਹ ਕੋਈ ਇਹੋ ਜਿਹੀ ਕੋਈ ਸ਼ਾਹੂ ਕਰਨੀ ਨਹੀਂ ਜੀ ਅਸੀਂ ਇਹਨਾਂ ਨੂੰ ਜਿਵੇਂ ਇਹ ਕਰਦੇ ਆਗੇ ਸਾਡੇ ਨਾਲ ਪਰ ਟਰੈਕਟਰ ਦਾ ਕਹਿੰਦੇ ਕਿਸਾਨ ਦੇ ਪੁੱਤ ਹੁੰਦੇ ਨੇ ਹੁਣ ਵੱਡਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਲੈ ਜਾਓਗੇ ਟਰੈਕਟਰਾਂ ਨੂੰ ਜਿਵੇਂ ਹੁਣ ਖੜੇ ਨੇ ਅਸੀਂ ਜਿਵੇਂ ਜਥੇਬੰਦੀ ਦਾ ਹੁਕਮ ਆਊਗਾ ਅਸੀਂ ਉਹਨਾਂ ਦੇ ਆਗੂ ਜਿਵੇਂ ਸਾਡੇ ਆਗੂ ਕਹਿਣਗੇ ਕਿਹੜਾ ਫਿਲਹਾਲ ਤਾਂ ਅਸੀਂ ਆਦੇ ਮੰਗਾ ਮਨਾ ਕੇ ਜਾਵਾਂਗੇ ਜਿਵੇਂ ਖੜਿਆ ਸਾਡੇ ਸਾਡੇ ਵੱਨੋਂ ਟਰੈਕਟਰ ਸਾਡੇ ਇੱਥੇ ਗਲ ਜਾਣ ਕਸੇ ਦੇ ਮੰਗਾ ਮਨਾ ਕੇ ਹੀ ਇੱਥੋਂ ਹਿੱਲਾਂਗੇ ਕੋਈ ਗੱਲ ਨਹੀਂ ਖੜੀ ਹੈ ਜਿਵੇਂ ਹੈਗੀ ਉਹ ਤਾਂ ਕਿੰਨਾ ਨੁਕਸਾਨ ਹੋ ਗਿਆ ਭਾਈ ਰਾਜਵਿੰਦਰ ਸਿੰਘ ਜੀ ਮੇਰਾ ਵੀ ਟਰੈਕਟਰ ਹੈ ਜੀ ਵਿੱਚ ਅਸੀਂ ਸਾਡੇ 5 ਟਰੈਕਟਰ ਹੈ ਸਾਡੇ ਪਿੰਡੋਂ ਮੁੰਡਾ ਵੀਰ ਮੇਰਾ ਅਸੀਂ ਗਵਾਂਢੀ ਪਿੰਡਾਂ ਦੇ ਦੋਨੇ ਸਾਡੇ 5 ਟਰੈਕਟਰ ਆ ਟਰੈਕਟਰਾਂ ਦੀ ਤਾਂ ਭਾਈ ਗੱਲ ਹੀ ਕੋਈ ਨਹੀਂ ਚੱਲ ਸਾਡਾ ਪੁੱਤ ਸੀ ਸਾਡੇ ਪੁੱਤਾਂ ਨੇ ਡਾਂਗਾ ਮਾਰੀਆਂ ਕੋਈ ਗੱਲ ਨਹੀਂ ਡਾਂਗਾ ਮਾਰਦੇ ਆ ਉਹਦੀਆਂ ਜੇ ਕਿਸੇ ਪੁੱਤ ਦੀ ਹੱਡੀ ਟੁੱਟ ਗਈ ਤੇ ਲੱਤਾਂ ਮਾਂ ਟੁੱਟੀਏ ਕੋਈ ਗੱਲ ਨਹੀਂ ਸੀ ਕਰਵਾ ਲਾਂਗੇ ਇਹਨਾਂ ਦੇ ਤਾਂ ਪਲਾਸਟਰ ਲੱਗ ਜਾਊਗਾ ਜਿਹੜਾ ਬੇਟਾ ਗਿਆ ਸਭ ਕਰਨ ਉਹਦਾ ਬੜਾ ਬੜਾ ਦੁੱਖ ਹੋਇ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਵੀ ਪ੍ਰਾਲੀ ਦੀਆਂ ਅੱਗਾਂ ਲਈ ਅਸੀਂ 13 14 ਤਰੀਕ ਦੇ ਆਏ ਹੋਏ ਆ ਉਸ ਦਿਨ ਸੀ ਕਿਹੜੀ ਪ੍ਰਾਲੀ ਨੂੰ ਅੱਗ ਲਾਈ ਸੀ ਬਾਈ ਜੀ ਸਾਡੇ ਉਦੋਂ ਵੀ ਸਾਨੂੰ ਉਹਨਾਂ ਨੇ ਧੂਆਂ ਮੂੜਾ ਛੱਡ ਕੇ ਅਥਰੂ ਗੈਸ ਦੇ ਗੋਲੇ ਤੇ ਸਾਨੂੰ ਮੇਰੇ ਕੋਲ ਇੱਥੋਂ ਤੱਕ ਕੁੱਟਦੇ ਮਾਰਦੇ ਆਏ ਆ ਅਸੀਂ ਪਿੱਛੇ ਰੋਕ ਗਏ ਅਸੀਂ ਬਾਈ ਜੀ ਆਪਦੀ ਮੰਗ ਮੰਗਣ ਆਏ ਆ ਕੋਈ ਅਸੀਂ ਪਾਕਿਸਤਾਨ ਤੋਂ ਤਾਂ ਆਏ ਨਹੀਂ ਵੀਰੇ ਅਸੀਂ ਐਸੇ ਭਾਰਤ ਦੇ ਜੰਮੇ ਜਾਏ ਆ ਸਾਡੇ ਆਧਾਰ ਕਾਰਡ ਇੱਥੋਂ ਦੇ ਆ ਅਸੀਂ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਸਾਰਾ ਹੀ ਸਾਡਾ ਜਿੰਨਾ ਪੰਜਾਬ ਆਇਆ ਇੱਥੇ ਹਰਿਆਣਾ ਕੱਠੇ ਹੋਏ ਆ ਇੱਥੇ ਬੈਠੇ ਆ ਅ ਵਾਂਗ ਮੂਰੇ ਰੱਖਣਾ ਆਏ ਆ ਸਾਨੂੰ ਫਿਰ ਵੀ ਪੁੱਟਿਆ ਗਿਆ ਕੀ ਗੱਲ ਆ ਇਹਦਾ ਖੱਟੜ ਸਰਕਾਰ ਜਾਂ ਮਗਰਲੀ ਸਰਕਾਰ ਭਵੰਤਮਨ ਵੀ ਸਾਰੇ ਰਲੇ ਮਿਲੇ ਆ ਪਿੱਛੋਂ ਆ ਕੇ ਇੱਥੇ ਕੋਈ ਕੋਈ ਅਰਕ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਇੱਥੇ ਖੜੀ ਆ ਕੇ ਮੂਰੇ ਵੀ ਨੂੰ ਰੋਕੀਏ ਨਹੀਂ ਐਡਾ ਵੱਡਾ ਕਾਂਡ ਹੀ ਨਾ ਹੁੰਦਾ ਪੰਜਾਬ ਨੂੰ ਸਾਡੇ ਮੂਰੇ ਹੁੰਦੀ ਤੇ ਅਸੀਂ ਉਹਨਾਂ ਦੇ ਮਗਰ ਹੁੰਦੇ ਅਸੀਂ ਬੈਠਦੇ ਵਧੀਆ ਪ੍ਰਦਰਸ਼ਨ ਕਰ ਰਹੇ ਸੀ ਬਿਲਕੁਲ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਟਰੈਕਟਰਾਂ ਦਾ ਭਾਰੀ ਨੁਕਸਾਨ ਹੋਇਆ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜੇ ਟਰੈਕਟਰ ਕਿਸਾਨ ਆਪਣੇ ਪੁੱਤਾਂ ਦੇ ਵਾਂਗੂ ਸਾਂਭ ਕੇ ਰੱਖਦੇ ਨੇ ਉਹ ਟਰੈਕਟਰ ਇਸ ਵਕਤ ਹਰਿਆਣਾ ਪੰਜਾਬ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਨੇ ਇਹ ਤਸਵੀਰਾਂ ਕਿਸਾਨ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਰੇਟੇ ਟਾਇਰ ਹੈਗੇ ਨੇ ਟਾਇਰ ਬੁਰੇ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਨੁਕਸਾਨੇ ਗਏ ਨੇ ਸੋਹਣੇ ਸੋਹਣੇ ਟਰੈਕਟਰ ਜਿਹੜੇ ਕਿਸਾਨਾਂ ਨੇ ਇੱਥੇ ਲਿਆ ਕੇ ਰੱਖੇ ਗਏ ਸੀ ਉਹ ਇਸ ਵਕਤ ਕਿਤਨਾ ਕਿਤੇ ਵੱਡੇ ਪੱਧਰ ਦੇ ਉੱਪਰ ਨੁਕਸਾਨੇ ਗਏ ਨੇ ਦੂਜੇ ਪਾਸੇ ਤੁਹਾਨੂੰ ਗੱਡੀਆਂ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਉਹ ਗੱਡੀਆਂ ਜਿਹੜੀਆਂ ਕਿਸਾਨ ਯੂਨੀਅਨ ਦੀਆਂ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਸਿੱਧੂਪੁਰ ਦੀ ਜਿਹੜੀ ਹੈਗੀ ਹੈ ਇਕਾਈਆਂ ਦੀਆਂ ਗੱਡੀਆਂ ਨੇ ਇਹ ਜਿਹੜੀਆਂ ਲਿਆ ਕੇ ਇੱਥੇ ਖੜਾਈਆਂ ਗਈਆਂ ਸੀ ਇਹ ਗੱਡੀਆਂ ਦਾ ਵੀ ਭਾਰੀ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਸ਼ੀਸ਼ੇ ਭੰਨੇ ਗਏ ਨੇ ਅੰਦਰ ਹਰ ਤਰ੍ਹਾਂ ਦਾ ਨੁਕਸਾਨ ਕੀਤਾ ਗਿਆ ਪਰ ਸਾਫ਼ ਤੌਰ ਤੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਹਰਿਆਣਾ ਪੁਲਿਸ ਦੇ ਉੱਪਰ ਲਗਾਏ ਜਾ ਰਹੇ ਨੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਜਿਹੜਾ ਹੈਗੀ ਹੈ ਬੈਰੀਕੇਡਿੰਗ ਤੋੜ ਕੇ ਬੈਰੀਕੇਡਿੰਗ ਤੱਪ ਕੇ ਜਿਹੜਾ ਇਹ ਸਾਡੇ ਸਾਧਨਾਂ ਦਾ ਨੁਕਸਾਨ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਜਾਂਚ ਕੀਤੀ ਜਾਊਗੀ ਕਿ ਇਹ ਜਿਹੜਾ ਨੁਕਸਾਨ ਹੈ ਕਿਹਦੇ ਵੱਲੋਂ ਕੀਤਾ ਗਿਆ ਪਰ ਕੁੱਲ ਮਿਲਾ ਕੇ ਇਸ ਵਕਤ ਖਨੌਰੀ ਬਾਰਡਰ ਦੇ ਉੱਪਰ ਜਿਹੜੇ ਇਹ ਕਿਸਾਨਾਂ ਦੇ ਲੱਖਾਂ ਦੇ ਸਾਧਨ ਨੇ ਟਰੈਕਟਰ ਨੇ ਗੱਡੀਆਂ ਨੇ ਬੁਰੇ ਤਰੀਕੇ ਦੇ ਨਾਲ ਤੋੜੇ ਪਏ ਨੇ